ਵਾਹਿਗੁਰੂ ਜੀ। ਆ ਦੇਖੋ ਜੀ, ਇਹ ਸ਼ਾਰਟਕੱਟ ਹੈਗਾ, ਇੱਕ ਬੰਦੇ ਨੇ ਦੱਸਿਆ ਮੈਨੂੰ, ਅਤੇ ਮੈਂ ਟਰਾਈ ਕਰ ਰਿਹਾ ਅੰਦਰੋਂ ਦੀ ਜਾਣ ਦੀ। ਇਹ ਵਾਲੇ ਸ਼ਾਰਟਕੱਟ ਜਿਹੜੇ 14 ਕਿਲੋਮੀਟਰ ਵਾਲੇ ਸ਼ਾਰਟਕੱਟ ਨੇ, ਉਹ ਚੰਗੇ ਨੇ, ਉਹਨਾਂ ਵਿੱਚ ਇੰਨੀ ਦਿੱਕਤ ਨਹੀਂ ਹੈ, ਉਹ ਤੁਸੀਂ ਲੈ ਸਕਦੇ ਹੋ। ਬਟ ਜਿਹੜੇ 6 ਕਿਲੋਮੀਟਰ ਵਾਲੇ ਉੱਤੇ ਸ਼ਾਰਟਕੱਟ ਨੇ, ਉਹ ਤੁਸੀਂ ਕਦੀ ਵੀ ਨਾ ਲੈਣਾ। ਉਹ ਵੇਖਣ ਨੂੰ ਇੱਦਾਂ ਲੱਗਦੇ ਨੇ, ਹਾਂ ਠੀਕ ਹੈ ਵਧੀਆ ਹੈ, ਲੇਕਿਨ ਜਦੋਂ ਆਪਾਂ ਤੁਸੀਂ ਉੱਤੇ ਪਹੁੰਚ ਜਾਓਗੇ ਨਾ, ਤਾਂ ਉੱਤੇ ਚੜ੍ਹਨ ਦਾ ਰਾਸਤਾ ਹੀ ਨਹੀਂ ਹੋਏਗਾ। ਸਾਡੇ ਨਾਲ ਇਹ ਹੋਇਆ ਸੀ, ਅਤੇ ਲੇਕਿਨ ਫਿਰ ਵੀ ਆਪਾਂ ਬੜੀ ਮੁਸ਼ਕਿਲ ਚੜ੍ਹ ਗਏ ਸੀ, ਕਿਉਂਕਿ ਇੰਨਾ ਥੱਲੇ ਉਤਰਨਾ ਫਿਰ ਦੁਬਾਰਾ ਚੜ੍ਹਨਾ ਬਹੁਤ ਔਖਾ ਹੈ, ਬਹੁਤ ਔਖਾ। ਆਹ ਦੇਖੋ ਜੀ, ਆਹ ਦੇਖੋ ਜੀ, ਆਹ ਚੰਗਾ ਸ਼ਾਰਟਕੱਟ ਸੀਗਾ, ਇੰਨਾ ਬੁਰਾ ਨਹੀਂ ਸੀ। ਆਹ ਵਾਲੇ ਸਹੀ ਨੇ, 14 ਕਿਲੋਮੀਟਰ ਵਾਲੇ ਜਿਹੜੇ ਵੀ ਸ਼ਾਰਟਕੱਟ ਨੇ, ਉਹ ਚੰਗੇ ਨੇ, ਵਧੀਆ ਨੇ। ਆਹ ਹੈਗੀ ਹੈ ਨੇਚਰ ਦੀ ਖੂਬਸੂਰਤੀ, ਅਤੇ ਆਹ ਮੇਰੀ ਵਾਈਫ ਆ ਰਹੀ ਹੈ ਲੌਂਗ ਕੱਟ ਤੋਂ, ਇਟਸ ਓਕੇ। ਆਹ ਦੇਖੋ ਜੀ, ਢਲਾਨ ਹੈਗੀ ਹੈ, ਢਲਾਨ ਤੋਂ ਆਪਾਂ ਚੜ੍ਹੇ ਵੀ ਸੀ, ਅਤੇ ਆਪਾਂ ਚੜ੍ਹਾਈ ਕੀਤੀ ਹੈ, ਚੜ੍ਹਾਈ ਆਪਾਂ ਕੀਤੀ ਹੈ, ਅਤੇ ਇਹਨੂੰ ਵੀ ਖੜ੍ਹੀ ਚੜ੍ਹਾਈ ਕਹਿੰਦੇ ਆ। ਇਹੋ ਜਿਹੇ ਵੀ ਰਸਤੇ ਨੇ ਹੇਮਕੁੰਡ ਸਾਹਿਬ 6 ਕਿਲੋਮੀਟਰ 'ਤੇ, ਅਤੇ ਇੱਥੇ ਵੀ ਕਾਫੀ ਖੜ੍ਹੀ ਚੜ੍ਹਾਈਆਂ ਆਈਆਂ ਨੇ, ਇਹ ਵੀ ਕੋਈ ਸਿੰਪਲ ਨਹੀਂ ਹੈਗੀ। ਇਹ ਸਾਡਾ ਮੋਟੂ ਆ ਰਿਹਾ, ਚਨਾ ਖਾਂਦਾ ਆਇਆ। ਆਹ ਦੇਖੋ ਜੀ ਢਲਾਨ, ਆਹ ਦੇਖੋ ਜੀ ਉਹ ਜਗ੍ਹਾ ਆ ਗਈ। ਆਪਾਂ ਇੱਥੇ ਰੁਕੇ ਸੀ ਜਦੋਂ ਆਪਾਂ ਜਾ ਰਹੇ ਸੀ, ਅਤੇ ਘੋੜਿਆਂ ਨੂੰ ਪਲਾਣ ਵਾਲਾ ਪਾਣੀ ਹੈ, ਬਰਫ਼ ਵਰਗਾ ਪਾਣੀ ਹੈ, ਬਰਫ਼ ਵਰਗਾ। ਆਹ ਦੇਖੋ ਜੀ ਢਲਾਨ ਕਿੰਨੀ ਵਧੀਆ ਨੇ। ਹੁਣੇ ਅਸੀਂ ਦੇਖਿਆ ਜੀ, ਸਾਡੇ ਵੀਰ ਜੀ ਬੜੇ ਡਰੇ ਹੋਏ ਸੀ, ਅਤੇ ਵੈਸੇ ਵੀ ਡਰੇ ਹੋਏ ਸੀ, ਮੇਰੇ ਖਿਆਲ ਤੋਂ ਉਹ ਬਲਾਈਂਡ ਸੀਗੇ, ਅਤੇ ਉਹਨਾਂ ਨੇ ਚੱਜ ਨਾਲ ਫੜਿਆ ਵੀ ਨਹੀਂ ਹੋਇਆ ਸੀ, ਅਤੇ ਮੈਂ ਥੋੜ੍ਹੀ ਜਿਹੀ ਟਿਪਸ ਦਿੱਤੀ ਉਹਨਾਂ ਨੂੰ, ਆਈ ਹੋਪ ਕਿ ਉਹਨਾਂ ਨੂੰ ਚੰਗਾ ਲੱਗੇ। ਅਤੇ ਕੀ ਹੋਇਆ, ਕੁੱਟਲੇ ਦਰਦ ਹੁੰਦੇ ਨੇ, ਕੁੱਟਲੇ ਦਰਦ ਹੁੰਦੇ ਨੇ, ਕੁੱਟਣਾ ਦਰਦ ਹੁੰਦਾ। ਆ ਦੇਖੋ ਜੀ ਕਿੱਦਾਂ ਸਿਲੰਡਰ ਲੈ ਕੇ ਜਾਂਦੇ ਨੇ। ਆ ਦੇਖੋ ਬਾਬਾ ਬਚਾਲੀ ਸਾਡੇ ਜੋਗੇ।